ਪੰਜਾਬੀ ਜਾਗਰਣ ਵਿੱਚ ਛਪੀ ਪ੍ਰਤਾਪ ਪਰਸੀ ਕਹਾਣੀ ਪਾਪਾ ਮੈਂ ਆ ਗਿਆ ਪਾਪਾ ਮੈਂ ਆ ਗਿਆ ਪਾਪਾ ਤੁਸੀਂ ਕਿੱਥੇ ਹੋ ਪਾਪਾ ਪਾਪਾ ਤੁਸੀਂ ਮੈਨੂੰ ਇੰਨੇ ਚਾਵਾਂ ਨਾਲ 에어ਪੋਰਟ ਤੋਂ ਕੈਨੇਡਾ ਲਈ ਤੋਰ ਕੇ ਆਏ ਸੀ ਤੇ ਅੱਜ ਮੇਰੇ ਆਉਣ ਤੋਂ ਪਹਿਲਾਂ ਹੀ ਤੁਰ ਗਏ ਪਾਪਾ ਆਓ ਮੈਨੂੰ ਆਪਣੀਆਂ ਬਾਹਾਂ 'ਚ ਘੁੱਟ ਲਓ ਮੈਂ ਬਹੁਤ ਉਦਾਸ ਹਾਂ ਮੇਰਾ ਬਹੁਤ ਦਿਲ ਕਰ ਰਿਹਾ ਤੁਹਾਨੂੰ ਘੁੱਟ ਕੇ ਜੱਫੀ ਪਾਉਣ ਨੂੰ ਹਾਏ ਪਾਪਾ ਮੈਨੂੰ ਮਿਲੋ ਨਾ ਆ ਕੇ ਪਾਪਾ ਪਾਪਾ ਕਹਿੰਦਾ ਲਵ ਆਪਣੇ ਪਾਪਾ ਦੀ ਵਰਦੀ ਵਾਲੀ ਸਟਾਰ ਲੱਗੀ ਤਸਵੀਰ ਲੈ ਕੇ ਜ਼ੋਰ-ਜ਼ੋਰ ਦੀ ਰੋ ਰਿਹਾ ਸੀ। ਉਹਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ। ਮੇਰੇ ਹੱਥਾਂ 'ਚ ਜੰਮੇ ਲਵ ਦਾ ਨਾਮ ਵੀ ਜਸਮੀਤ ਨੇ ਮੇਰੇ ਕੈਨ ਤੇ ਰੱਖਿਆ ਸੀ ਕਿਉਂਕਿ ਲਵ ਨਾਮ ਕਿਸੇ ਟਾਈਮ ਜਸਮੀਤ ਦੀ ਲਿਖੀ ਕਹਾਣੀ ਦਾ ਮੁੱਖ ਪਾਤਰ ਸੀ। ਉਹ ਕਹਾਣੀ ਬਹੁਤ ਵਧੀਆ ਹੋਣ ਕਰਕੇ ਮੈਨੂੰ ਬਹੁਤ ਪਸੰਦ ਸੀ। ਇਸ ਕਰਕੇ ਜਦੋਂ ਲਵ ਦਾ ਜਨਮ ਹੋਇਆ ਮੈਂ ਜਸਮੀਤ ਨੂੰ ਕਿਹਾ ਕਿ ਇਸ ਬੱਚੇ ਦਾ ਨਾਮ ਤੇਰੀ ਕਹਾਣੀ ਦੇ ਪਾਤਰ ਵਾਲਾ ਹੋਵੇ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ ਉਹਨੇ ਮੇਰੀ ਮੰਨਦੇ ਹੋਏ ਬੱਚੇ ਦਾ ਨਾਮ ਲਵ ਰੱਖ ਦਿੱਤਾ ਸੀ ਮੇਰੇ ਜਸਮੀਤ ਨਾਲ ਬਹੁਤ ਗੂੜੇ ਪਰਿਵਾਰਕ ਰਿਲੇਸ਼ਨ ਸਨ ਇਸ ਕਰਕੇ ਮੈਂ ਉਹਦੇ ਸਾਰੇ ਪਰਿਵਾਰ ਤੇ ਘਰੇਲੂ ਹਾਲਾਤਾਂ ਤੋਂ ਵਾਕਿਫ ਸੀ ਉਹ ਇੱਕ ਮੱਧ ਵਰਗੀ ਪਰਿਵਾਰ ਚ ਪੈਦਾ ਹੋਇਆ ਜੋ ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਤਾ ਨਾਲ ਖੇਤਾਂ ਚ ਕੰਮ ਕਰਵਾਉਂਦਾ ਕਰਵਾਉਂਦਾ ਪੰਜਾਬ ਪੁਲਿਸ ਚ ਭਰਤੀ ਹੋ ਗਿਆ ਉਹ ਹੁਸ਼ਿਆਰ ਹੋਣ ਕਰਕੇ ਤੇ ਮਹਿਕਮੇ ਚ ਚੰਗੀ ਸ਼ਾਖ ਹੋਣ ਕਰਕੇ ਜਲਦੀ ASI ਬਣ ਗਿਆ ਇਸ ਤੋਂ ਇਲਾਵਾ ਇੱਕ ਵਧੀਆ ਲੇਖਕ ਹੋਣ ਕਰਕੇ ਸਾਹਿਤਿਕ ਖੇਤਰ ਚ ਵੀ ਕਾਫੀ ਮਸ਼ਹੂਰ ਸੀ ਉਹਦੀਆਂ ਕਹਾਣੀਆਂ ਤੇ ਹੋਰ ਵਿਧਾਵਾਂ ਚ ਲਿਖੀਆਂ ਰਚਨਾਵਾਂ ਅਕਸਰੀ ਮੈਗਜ਼ੀਨ ਅਖਬਾਰ ਵਿੱਚ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਜਿਸ ਨਾਲ ਉਹਦੀ ਸਾਰੇ ਪਾਸੇ ਚੰਗੀ ਸੋਭਾ ਬਣ ਗਈ ਸੀ ਲਵ ਤੋਂ ਬਾਅਦ ਘਰ ਚੋਂ ਦੀ ਇੱਕ ਛੋਟੀ ਭੈਣ ਰੀਆ ਨੇ ਜਨਮ ਲਿਆ ਸੀ ਦੋਵੇਂ ਭੈਣ ਭਰਾ ਜਦੋਂ ਜਸਮੀਤ ਨਾਲ ਮੇਰੇ ਕੋਲ ਆਉਂਦੇ ਤਾਂ ਦੋਹਾਂ ਭੈਣ ਭਰਾਵਾਂ ਦੇ ਸਿਰ ਤੇ ਕੀਤਿਆ ਨਿੱਕ ਨਿੱਕੀਆਂ ਜੁੰਡੀਆਂ ਬੜੀਆਂ ਸੋਹਣੀਆਂ ਲੱਗਦੀਆਂ ਉਹ ਪਰਿਵਾਰ ਸਮੇਤ ਮੇਰੇ ਕੋਲ ਦੋ-ਦੋ ਚਾਰ-ਚਾਰ ਦਿਨ ਵੀ ਰਹਿ ਜਾਂਦਾ ਜਸਮੀਤ ਲਵ ਤੇ ਰੀਆ ਨੂੰ ਬਹੁਤ ਹੀ ਪਿਆਰ ਕਰਦਾ ਜਦੋਂ ਕਦੇ ਜਸਮੀਤ ਦੀ ਨਾਈਟ ਡਿਊਟੀ ਹੁੰਦੀ ਤਾਂ ਉਹ ਰਾਤ ਨੂੰ ਲਵ ਤੇ ਰੀਆ ਨਾਲ ਟੈਲੀਫੋਨ ਤੇ ਇੱਕ ਦੋ ਵਾਰ ਜ਼ਰੂਰ ਗੱਲ ਕਰਕੇ ਹੀ ਸੌਂਦਾ ਵਕਤ ਆਪਣੀ ਰਫਤਾਰ ਨਾਲ ਚੱਲਦਾ ਗਿਆ ਲਵ ਨੇ ਪਲੱਸ 2 ਕਰਨ ਤੋਂ ਬਾਅਦ ਆਪਣੇ ਦੋਸਤਾਂ ਦੇ ਵਿਦੇਸ਼ ਜਾਣ ਕਰਕੇ ਜਸਮੀਤ ਨੂੰ ਕੈਨੇਡਾ ਭੇਜਣ ਲਈ ਕਿਹਾ ਜਸਮੀਤ ਨੇ ਮੇਰੇ ਨਾਲ ਸਲਾਹ ਕਰਕੇ ਆਪ ਨਾ ਚਾਹੁੰਦੇ ਹੋਏ ਵੀ ਲਵ ਨੂੰ ਸਟੱਡੀ ਭੇਜ ਤੇ ਕੈਨੇਡਾ ਤੋੜ ਦਿੱਤਾ ਜਸਮੀਤ ਕਈ ਦਿਨ ਲਵ ਦੇ ਵਿਦੇਸ਼ ਜਾਣ ਤੋਂ ਬਾਅਦ ਰੋਂਦਾ ਰਿਹਾ ਸੀ ਉਹਦਾ ਆਪਣੇ लाडले ਪੁੱਤ ਬਿਨਾਂ ਦਿਲ ਨਹੀਂ ਲੱਗ ਰਿਹਾ ਸੀ ਪਰ ਆਪਣੇ ਪੁੱਤਰ ਦੀ ਖੁਸ਼ੀ ਲਈ ਸਭ ਕੁਝ ਸਹਿ ਗਿਆ ਪਰ ਰੋਜ਼ ਇੱਕ ਜਾਂ ਦੋ ਵਾਰ ਉਸ ਨਾਲ ਫੋਨ ਤੇ ਵੀਡੀਓ ਕਾਲ ਰਾਹੀਂ ਗੱਲ ਕਰਕੇ ਖੁਸ਼ ਹੋ ਜਾਂਦਾ ਹੁਣ ਰੀਆ ਨੇ ਵੀ ਪਲੱਸ 2 ਕਰ ਲਈ ਸੀ ਉਹ ਵੀ ਆਪਣੀਆਂ ਸਹੇਲੀਆਂ ਨਾਲ ਉਚੇਰੀ ਸਿੱਖਿਆ ਲਈ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਜਿਸ ਤੇ ਜਸਮੀਤ ਨੇ ਧੀ ਤੇ ਪੁੱਤਰ ਵਿਚਲੇ ਵਿਤਕਰੇ ਨੂੰ ਦੂਰ ਕਰਦਿਆਂ ਉਹਨੂੰ ਵੀ ਆਸਟ੍ਰੇਲੀਆ ਜਾਣ ਲਈ ਸਹਿਮਤੀ ਦੇ ਦਿੱਤੀ। ਕੁਝ ਸਮੇਂ ਚ ਰੀਆ ਦਾ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ। ਜਸਮੀਤ ਵੱਲੋਂ ਪੂਰੇ ਚਾਵਾਂ ਨਾਲ ਧੀ ਦੀ ਆਸਟ੍ਰੇਲੀਆ ਜਾਣ ਦੀ ਤਿਆਰੀ ਕਰਵਾਈ ਗਈ। ਸ਼ਾਪਿੰਗ ਕਰਵਾਈ ਗਈ, ਜਹਾਜ਼ ਦੀਆਂ ਟਿਕਟਾਂ ਵੀ ਕਰਵਾਤੀਆਂ। ਉਹਨੂੰ ਚੁੱਪ-ਚੁੱਪ ਰਹਿੰਦਾ ਸੀ ਕਿਉਂਕਿ ਧੀ ਦੇ ਵਿਦੇਸ਼ ਜਾਣ ਤੋਂ ਬਾਅਦ ਘਰ ਦੀ ਸਾਰੀ ਰੌਣਕ ਮੁੱਕ ਜਾਣੀ ਸੀ। ਪਰ ਇਹ ਸਾਡੇ ਬੱਚੇ, ਪਰ ਇਹ ਸਾਡੇ ਦੇਸ਼ ਦੀ ਤੇ ਸਮਾਜ ਦੀ ਤਰਸਦੀ ਸੀ ਕਿ ਹਰ ਬੱਚੇ ਨੂੰ ਪੜ੍ਹ ਲਿਖ ਕੇ ਵੀ ਆਪਣੇ ਦੇਸ਼ 'ਚ ਰੋਜ਼ਗਾਰ ਲਈ ਦਰਦਰ ਦੀਆਂ ਠੋਕਰਾਂ ਖਾਣੀਆਂ ਪੈ ਰੀਆਂ ਹਨ ਜਿਸ ਕਰਕੇ ਸਾਡੇ ਘਰਾਂ ਦੇ ਘਰ ਖਾਲੀ ਹੋ ਰਹੇ ਹਨ ਬਜ਼ੁਰਗਾਂ ਦੀ ਦੇਖਭਾਲ ਲਈ ਕੋਈ ਵੀ ਬੱਚਾ ਇੱਥੇ ਰਹਿ ਕੇ ਰਾਜ਼ੀ ਨਹੀਂ ਹੈ ਸੋ ਵਕਤ ਦੇ ਫੈਸਲੇ ਅੱਗੇ ਸਿਰ ਝੁਕਾਉਂਦਿਆਂ ਖੰਝ ਕਈ ਸੁਪਨੇ ਸੰਜੋਈ ਧੀ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਜ਼ਾਹਰ ਕੀਤੀ ਜਸਮੀਤ ਆਪਣੇ ਘਰ ਤੋਂ ਮਹਿਜ਼ 20 ਕਿਲੋਮੀਟਰ ਦੂਰੀ ਤੇ ਡਿਊਟੀ ਨਿਭਾ ਰਿਹਾ ਸੀ ਸਵੇਰ ਤੋਂ ਡਿਊਟੀ ਜਾਣਾ ਸ਼ਾਮ ਨੂੰ ਘਰ ਵਾਪਸ ਆ ਜਾਣਾ ਕਦੇ-ਕਦਾਈਂ ਰਾਤ ਡਿਊਟੀ ਕਰਨੀ ਤਾਂ ਦਿਨ ਵੇਲੇ ਰੈਸਟ ਮਿਲ ਜਾਣੀ ਉਧਰ ਲਵ ਨੂੰ ਕੈਨੇਡਾ ਗਏ ਨੂੰ ਹੁਣ ਤਕਰੀਬਨ 4 ਸਾਲ ਬੀਤਣ ਵਾਲੇ ਸਨ ਉਹਨੇ ਕੈਨੇਡਾ ਦੀ ਪੀਆਰ ਅਪਲਾਈ ਕੀਤੀ ਹੋਈ ਸੀ ਲਵ ਜਸਮੀਤ ਨੂੰ ਕਹਿ ਰਿਹਾ ਸੀ ਕਿ ਪਾਪਾ ਮੇਰੀ ਪੀਆਰ ਨੂੰ ਅਜੇ ਟਾਈਮ ਲੱਗ ਸਕਦਾ ਹੈ ਜਿਸ ਕਰਕੇ ਮੈਂ ਭਾਰਤ ਨਹੀਂ ਆ ਸਕਦਾ ਤੇ ਮੇਰਾ ਮਨ ਤੁਹਾਡੇ ਬਿਨਾ ਬਹੁਤ ਉਦਾਸ ਹੈ ਜੀ ਕਰਦਾ ਮੈਂ ਉੱਡ ਕੇ ਤੁਹਾਡੀਆਂ ਬਾਹਾਂ ਚ ਆ ਜਾਵਾਂ ਤੇ ਆਪਣੇ ਆਪਣਾ ਸਾਲਾਂ ਦਾ ਸਾਰਾ ਥਕੇਮਾ ਉਤਾਰ ਲਵਾਂ ਪਰ ਉਹੀ ਕਿ ਘਰਾਂ ਦੀਆਂ ਮਜਬੂਰੀਆਂ ਵਸ ਜਸਮੀਤ ਕਹਿੰਦਾ ਕੋਈ ਨਾ ਮੇਰੀ ਏ ਲਾਡੀ ਏ ਜਿੱਥੇ 4 ਸਾਲ ਕੱਢ ਲਏ ਹੁਣ 6 ਮਹੀਨੇ ਹੋਰ ਕੱਢ ਲਿਆ ਔਖਾ ਸੌਖਾ ਫਿਰ ਤੂੰ ਆਈ ਜਾਈ ਅਸੀਂ ਹੁਣ ਅਗਲੀ ਵਾਰ ਆਵਾਂਗੇ ਤੇਰੇ ਕੋਲ ਕੋਈ ਨਾ ਮੇਰਾ ਪੁੱਤ دل دلے ਰੱਖ ਅਸੀਂ ਕਿਹੜਾ ਤੇਰੇ ਬਿਨਾ ਸੌਖਾ ਜੀ ਰਹੇ ਆ ਸਾਡੀਆਂ ਵੀ ਅੱਖਾਂ ਤਰਸ ਰਹੀਆਂ ਨੇ ਪੁੱਤ ਨੂੰ ਦੇਖਣ ਨੂੰ ਪਿਓ ਪੁੱਤ ਦੀਆਂ ਇੱਥੇ ਆ ਕੇ ਕੀ ਕੀ ਕਰਨਾ ਕਿੱਥੇ ਕਿੱਥੇ ਜਾਣ ਦੀਆਂ ਹੁੰਦੀਆਂ ਸਲਾਹਾਂ ਦੀ ਲੜੀ ਨੂੰ ਇੱਕ ਦਿਨ ਹੋਣੀ ਨੇ ਆ ਵਿਚਾਲਿਆਂ ਤੋੜ ਦਿੱਤਾ ਜਸਮੀਤ ਸਵੇਰ ਘਰ ਤੋਂ ਤਿਆਰ ਹੋ ਕੇ ਡਿਊਟੀ ਲਈ ਜਾ ਰਿਹਾ ਸੀ ਕਿ ਰਸਤੇ 'ਚ ਉਹਦੀ ਗੱਡੀ ਦਾ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਜਿਸ 'ਚ ਉਹਦੀ ਮੌਕੇ ਤੇ ਮੌਤ ਹੋ ਗਈ ਇਹ ਮਨਹੂਸ ਖਬਰ ਉਹਦੀ ਜੀਵਨ ਸਾਥਣ ਕੋਲ ਪਹੁੰਚੀ ਉਹ ਤਾਂ ਜਿਵੇਂ پاਗਲ ਹੀ ਹੋ ਗਈ ਹੋਗੀ ਜਿਹਨੂੰ ਕੁਝ ਸਮਾਂ ਪਹਿਲਾਂ ਖੱਥੀ ਤਿਆਰ ਕਰਕੇ ਸ਼ਾਮ ਨੂੰ ਆਹ ਚੀਜ਼ਾਂ ਲਿਆਉਣ ਲਈ ਕਿਹਾ ਕਿ ਤੋਰਿਆ ਹੋਵੇ ਉਹਦੀ ਮੌਤ ਦੀ ਖਬਰ ਉਹ ਵੀ ਉਮਰ ਦੇ ਉਸ ਪੜਾਚ ਜਿੱਥੋਂ ਨਾਗਾਂ ਪੈਰ ਪੁੱਟਿਆ ਜਾਏ ਨਾ ਹੀ ਪਛਾਂ ਭਾਵ ਜੀਵਨ ਦੇ ਸਫਰ ਦੇ ਅਨੰਦ ਵਿਚਾਰ ਚ ਪਰ ਇਹ ਰੱਬ ਦਾ ਹੁਕਮ ਸੀ ਜਿਹਨੂੰ ਕੋਈ ਬਦਲ ਨਹੀਂ ਸਕਦਾ ਸੀ ਕਾਰਵਾਰੀ ਦੇ ਵਹਿਣ ਤੇ ਕੀਰਨੇ ਸੁਣ ਸੁਣ ਕੇ ਪਹਾੜ ਪਾਟ ਰਹੇ ਸਨ ਵੇ ਮੇਰੇ ਸਿਰ ਦੇ ਆਸਾਈਆ ਇਹ ਕੀ ਕੀਤਾ ਈ ਮੈਨੂੰ ਕਿਦੇ ਸਹਾਰੇ ਛੱਡ ਕੇ ਚਲਿਆ ਗਿਆ ਮੈਨੂੰ ਆਪਣੇ ਨਾਲ ਲੈ ਜਾ ਮੈਨੂੰ ਤੇਰੇ ਬਿਨਾ ਜਿਉਣ ਦਾ ਵੱਲ ਨਹੀਂ ਹੋਣਾ ਮੈਂ ਨਹੀਂ ਰਹਿਣਾ ਤੇਰੇ ਬਿਨਾ ਹਾਏ ਮੇਰਾ ਜਸਮੀਤ ਹਾਏ ਮੇਰੀ ਜਾਨ ਮੈਂ ਕੀ ਕਰਾਂ ਲੁਕੋ ਮੇਰੀ ਦੁਨੀਆ ਉੱਜੜ ਗਈ ਹਾਏ ਮੇਰੇ ਲਵ ਨੂੰ ਨਾ ਦੱਸਿਓ ਹਾਏ ਓਏ ਰੱਬਾ ਤੂੰ ਇੰਨਾ ਕਹਿਰ ਕਿਉਂ ਕੀਤਾ ਮੇਰੇ ਨਾਲ ਮੈਂ ਕੀ ਕਰਾਂ ਮੇਰੇ ਰੱਬਾ ਮੈਨੂੰ ਨਹੀਂਓ ਕੁਝ ਪਤਾ ਲੱਗ ਰਿਹਾ ਗਲੀ ਗਵਾਂਢ ਦੀਆਂ ਔਰਤਾਂ ਦੇ ਲੱਖ ਹੌਸਲਾ ਦੇਣ ਦੇ ਬਾਵਜੂਦ ਉਹ ਚੁੱਪ ਨਹੀਂ ਕਰ ਰਹੀ ਸੀ ਜਸਮੀਤ ਦੀ ਪੋਸਟਮਾਰਟਮ ਤੋਂ ਬਾਅਦ লাশ ਉਹਦੇ ਪਿੰਡ ਪਹੁੰਚਦਿਆਂ ਹੀ ਇੱਕ ਵਾਰ ਸਾਰੇ ਪਿੰਡ ਚ ਚੀਕ ਚਹਾੜਾ ਪੈ ਗਿਆ ਹਰ ਵੇਖਣ ਵਾਲੇ ਦੀ ਅੱਖ ਵਿੱਚੋਂ ਇਸ ਘੈਰ ਦੀ ਮੌਤ ਦੇ ਹੰਝੂ ਵਹਿ ਰਹੇ ਸਨ ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਖਬਰ ਹੋ ਗਈ ਇਹ ਨਾ ਸਹਿਣਯੋਗ ਮਨਹੂਸ ਖਬਰ ਸੱਤ ਸਮੁੰਦਰੋਂ ਪਾਰ ਜਸਮੀਤ ਦੇ लाडले ਲਵ ਕੋਲ ਵੀ ਵਾਇਆ ਇੰਟਰਨੈਟ ਪਹੁੰਚ ਗਈ ਪਰ ਵਿਦੇਸ਼ਾਂ ਦੇ ਕਾਨੂੰਨ ਕੁਝ ਹੋਰ ਹੀ ਨੇ ਲਵ ਕਿਸੇ ਕਾਰਨ ਆਪਣੇ ਪਾਪਾ ਦੇ ਅੰਤਿਮ ਦਰਸ਼ਨ ਵੀ ਨਾ ਕਰ ਸਕਿਆ ਤੇ ਨਾ ਹੀ ਉਹਦੀ ਅੰਤਿਮ ਅਰਦਾਸ 'ਚ ਸ਼ਾਮਲ ਹੋ ਸਕਿਆ ਰੀਆ ਦੀ ਜਸਮੀਤ ਦੁਆਰਾ ਪਹਿਲਾਂ ਤੋਂ ਹੀ ਆਪਣੇ ਹੱਥੀਂ ਕਰਵਾਈ ਆਸਟ੍ਰੇਲੀਆ ਦੀ ਟਿਕਟ ਕਰਕੇ ਜਸਮੀਤ ਦੀ ਅੰਤਿਮ ਅਰਦਾਸ ਚੌਥੇ ਤੇ ਹੀ ਕਰਨੀ ਪਈ ਸੀ ਧੀ ਰੀਆ ਵੀ ਆਪਣੇ ਪਿਤਾ ਨੂੰ ਕਦੇ ਨਾ ਪਰਤਣ ਵਾਲੇ ਦੇਸ਼ ਹੱਥੀ ਤੋਰ ਤਰੋਂਦੀ ਕਰਲਾਉਂਦੀ ਮਜਬੂਰੀ ਬਸ ਆਸਟ੍ਰੇਲੀਆ ਦੇ ਜਹਾਜ਼ੇ ਚੜ ਗਈ ਹੁਣ ਜਸਮੀਤ ਦੇ ਘਰ ਵਾਲੀ ਦਾ ਘਰ 'ਚ ਰਹਿਣਾ ਬਹੁਤ ਔਖਾ ਹੋ ਗਿਆ ਸੀ ਘਰ 'ਚ ਜਸਮੀਤ ਦੀਆਂ ਯਾਦਾਂ ਨੂੰ ਇੱਕ ਪਲ ਵੀ ਰੋਣੋਂ ਚੁੱਪ ਨਹੀਂ ਹੋਣ ਦੇ ਰਹੀਆਂ ਸਨ ਉੱਪਰੋਂ ਦੋਵੇਂ ਬੱਚੇ ਵੀ ਕੋਲ ਨਹੀਂ ਸਨ ਉਹ ਪਲ ਪਲ ਮਰ ਰਹੀ ਸੀ ਕੁਝ ਸਮਾਂ ਕੁਝ ਖਾਸ ਰਿਸ਼ਤੇਦਾਰਾਂ ਨੇ ਉਸ ਕੋਲ ਠਹਿਰ ਕੇ ਕਢਵਾ ਦਿੱਤਾ ਪਰ ਹੌਲੀ-ਹੌਲੀ ਉਹ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਲਵ ਜਦੋਂ ਵੀ ਮਾਂ ਨੂੰ ਫੋਨ ਕਰਦਾ ਤਾਂ ਮਾਂ ਕਦੇ ਉਹਦੀ ਨਾਨੀ ਕੋਲ ਮਾਸੀ ਕੋਲ ਜਾਂ ਭੂਆ ਕੋਲ ਹੁੰਦੀ ਮਾਂ ਦਾ ਇਹ ਹਾਲ ਵੇਖ ਲਵ ਦੇ ਮਨ ਨੂੰ ਬਹੁਤ ਠੇਸ ਪਹੰਚੀ ਕਿ ਮੈਨੂੰ ਇਹੋ ਜੀ ਕਮਾਈ ਨਹੀਂ ਚਾਹੀਦੀ ਜੋ ਮੇਰੀ ਮਾਂ ਦੀ ਜ਼ਿੰਦਗੀ ਨੂੰ ਰੋਲ ਕੇ ਮਿਲੇ ਸੋ ਲਵ ਨੇ ਬਿਨਾ ਕਿਸੇ ਸਲਾਹ ਨਾਲ ਕਿਸੇ ਨਾਲ ਸਲਾਹ ਕੀਤਿਆਂ ਫੈਸਲਾ ਕਰ ਲਿਆ ਕਿ ਆਪਣੇ ਪਾਪਾ ਦੀਆਂ ਯਾਦਾਂ ਨਾਲ ਜੁੜੇ ਘਰ ਚ ਵਾਪਸ ਪਰਤ ਜਾਏਗਾ ਤੇ ਆਪਣੇ ਪਾਪਾ ਦੇ ਅਧੂਰੇ ਪਏ ਟੀਚਿਆਂ ਨੂੰ ਪੂਰਾ ਕਰੇਗਾ ਉਨੇ ਆਪਣੀ ਪੀਆਰ ਦੀ ਫਾਈਲ ਵਾਪਸ ਲੈ ਲਈ ਤੇ ਕੈਨੇਡਾ ਛੱਡ ਕੇ ਵਾਪਸ ਭਾਰਤ ਆਉਣ ਲਈ ਉੱਥੋਂ ਦੀ ਸਰਕਾਰ ਅੱਗੇ ਬੇਨਤੀ ਕਰ ਦਿੱਤੀ ਜੋ 4 ਕੁ ਮਹੀਨੇ ਦੀ ਕਾਰਵਾਈ ਤੋਂ ਬਾਅਦ ਪ੍ਰਵਾਨ ਹੋ ਗਈ ਜਿਸ 에어ਪੋਰਟ ਤੋਂ ਕਦੇ ਉਹਦੇ ਪਾਪਾ ਨੇ ਉਹਨੂੰ ਜਫੀਆਂ ਪਾ ਪਾ ਕੇ ਮੱਥਾ ਚੁੰਮ ਕੇ ਤੋਰਿਆ ਸੀ ਅੱਜ ਉਸ 에어ਪੋਰਟ ਤੋਂ ਇਕੱਲਾ ਹੀ ਪੈਰ ਕਢੀਸਾ ਹੋਇਆ ਟੈਕਸੀ ਲੈ ਪਿੰਡ ਪਹੁੰਚ ਗਿਆ ਇਤਫਾਕਨਾਂ ਮਾਂ ਘਰ ਵਿੱਚ ਹੀ ਆਈ ਹੋਈ ਸੀ ਚੁੱਪਚੀਪੀ ਤੇ ਪੁੱਤ ਨੂੰ ਅੰਦਰ ਵੇਖ ਮਾਂ ਦੀਆਂ ਚੀਕਾਂ ਅਸਮਾਨ ਛੋਣ ਲੱਗੀਆਂ ਮਾਂ ਪੁੱਤ ਨੂੰ ਵਿਰਲਾਪ ਕਰਦਿਆਂ ਕੋਲ ਬੈਠੇ ਬੈਠੇ ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੈਂ ਚੇਤਮਨ ਨਾਲ ਇੱਕ ਨਵੀਂ ਕਹਾਣੀ ਦੀ ਸਿਰਜਣਾ ਕਰ ਦਿੱਤੀ ਅੱਜ ਮੇਰੀ ਕਹਾਣੀ ਦਾ ਪਾਤਰ ਸੀ ਪਾਤਰ ਵੀ ਲਵ ਸੀ ਜਿਨੇ ਜਸਮੀਤ ਦੀ ਕਹਾਣੀ 'ਚ ਘਰ ਪਰਿਵਾਰ ਦੀ ਖੁਸ਼ੀ ਲਈ ਆਪਣੇ ਪਿਆਰ ਦੀ ਕੁਰਬਾਨੀ ਦਿੱਤੀ ਸੀ ਤੇ ਅੱਜ ਮੇਰੀ ਕਹਾਣੀ ਦੇ ਪਾਤਰ ਲਵ ਨੇ ਫੇਰ ਆਪਣੀ ਮਾਂ ਲਈ ਆਪਣੇ ਸੁਨਹਿਰੀ ਭਵਿੱਖ ਦੀ ਕੁਰਬਾਨੀ ਦੇ ਦਿੱਤੀ ਸੀ ਧੰਨਵਾਦ